ਲੋਕਾਂ ਨੂੰ ਜਦੋਂ ਅਗਲਾ ਕਹਿੰਦਾ ਨਾ ਬਾਬਾ ਜੀ ਮੇਰਾ ਕੰਮ ਨਹੀਂ ਬਣਦਾ, ਆਹ ਨਹੀਂ ਹੁੰਦਾ, ਸੰਪਟ ਪਾਠ ਕਰਾਓ, ਕਿਤੇ 25 ਸਿੰਘਾਂ ਪਾਠ ਅਗਲਾ ਟਿਕਟਾਂ ਭੇਜਦਾ ਤੁਹਾਡੀਆਂ, ਤੁਸੀਂ 25-25 ਜਣੇ ਵੀ ਕਰਦੇ ਹੋ ਜਾ ਕੇ ਕਰੋ। ਹੁਣ ਉੱਥੇ ਤੁਸੀਂ ਕਹਿ ਰਹੇ ਹੋ ਵੀ ਇਹਦਾ ਖਾਸ ਫਲ ਹੈ, ਤੇ ਮੈਂ ਤੁਹਾਨੂੰ ਕਿਹਾ ਕੀ ਸੀ? ਮੈਂ ਕਿਹਾ ਸੀ ਆ ਜੇ ਪਾਠਾਂ ਨਾਲ ਤੁਸੀਂ ਲੋਕਾਂ ਦਾ ਭਲਾ ਕਰਦੇ ਹੋ ਫਿਰ ਮੈਨੂੰ ਮਾਰਨ ਲਈ ਤੁਸੀਂ ਕੋਈ ਪਾਠ ਹੀ ਕਰ ਲਓ। ਇਹ ਕਿਹਾ ਸੀ ਨਾ ਕਲੀਅਰ ਵੀ ਪਾਠ ਜਿਹੜੇ ਸੰਪਟ ਪਾਠ 25 ਸਿੰਘਾਂ ਪਾਠ ਵੀ ਤੁਹਾਨੂੰ ਕੋਈ ਦੱਸ ਕੇ ਨਹੀਂ ਗਿਆ ਤੁਹਾਡਾ ਬਾਬਾ ਵੀ ਜੇ ਕੋਈ ਤੁਹਾਡੇ ਵਿਰੁੱਧ ਬੋਲੇਗਾ ਉਹਦੇ ਲਈ ਤੁਸੀਂ ਪਾਠ ਰੱਖ ਲਿਓ, ਉਹਦਾ ਅੰਤ ਹੋ ਜਾਏਗਾ, ਉਹ ਮਰ ਜਾਏਗਾ, ਉਹ ਖਤਮ ਹੋ ਜਾਏਗਾ। ਹੁਣ ਤੇ ਤੁਸੀਂ ਮੈਨੂੰ ਮਾਰ ਵੀ ਦਿਓਗੇ ਨਾ ਪਿਆਰਿਓ, ਆਹ ਮੇਰੇ ਸਵਾਲ ਜਿਹੜੇ ਆ ਇਹ ਤੇ ਨੈੱਟ ਤੇ ਪਏ ਆ ਤੇ ਬੱਚੇ ਨੇ ਕਰਨੇ ਆ, ਤੁਹਾਨੂੰ ਹਰ ਮੋੜ ਤੇ ਮੇਰੇ ਸਵਾਲ ਸੁਣਨਗੇ, ਹਰ ਮੋੜ ਤੇ ਬੱਚੇ ਨੇ, ਜਿੱਥੇ ਜਾਓਗੇ ਉੱਥੇ ਹੀ ਸਵਾਲ ਖੜੇ ਨੇ ਅੱਗੇ ਤੁਹਾਡੇ ਲਈ, ਇਹਦਾ ਜਵਾਬ ਦਿਓ, ਇਹਦਾ ਜਵਾਬ ਦਿਓ, ਇਹਦਾ ਜਵਾਬ ਦਿਓ। ਇਹ ਖਤਮ ਥੋੜਾ ਹੋ ਜਾਣਗੇ, ਸਵਾਲ ਹੀ ਸਵਾਲ ਨੇ ਅੱਗੇ। ਹੁਣ ਮੈਂ ਤੇ ਕਿਹਾ ਵੀ ਤੁਹਾਡੇ ਜਿਹੜੇ ਪਾਠ ਨੇ ਤੁਸੀਂ ਲੋਕਾਂ ਨੂੰ ਕਹਿੰਦੇ ਵੀ ਤੇਰੇ ਕੰਮ ਬਣ ਜਾਣਗੇ, ਤੇਰੇ ਕੰਮ ਬਣ ਜਾਣਗੇ, ਕੀ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤੁਸੀਂ ਮੈਨੂੰ ਸਮਝਦੇ ਹੋ ਆਪਣਾ ਵੀ ਸਾਡੇ ਤੇ ਸਵਾਲ ਕਰਦਾ? ਕੀ ਤੁਹਾਡੇ ਕੋਲ ਕੀ ਇੱਦਾਂ ਦਾ ਪਾਠ ਨਹੀਂ ਵੀ ਮੈਨੂੰ ਮਾਰ ਸਕੋ? ਤੁਸੀਂ ਕਾਹਦੇ ਲਈ ਮੈਨੂੰ ਗਾਲਾਂ ਕੱਢਦੇ ਹੋ, ਉੱਦਾਂ ਮੈਨੂੰ ਮਾਰਨ ਵਾਸਤੇ ਆਉਂਦੇ ਹੋ, ਤੁਸੀਂ ਪਾਠ ਹੀ ਕਰ ਲਓ। ਤੇ ਇਹਨਾਂ ਨੇ ਫਿਰ ਰੌਲਾ ਕੀ ਪਾਇਆ? ਗੁਰਬਾਣੀ ਤੇ ਅਟੈਕ ਕਰਤਾ। ਦੱਸੋ ਇਹ ਗੁਰਬਾਣੀ ਤੇ ਅਟੈਕ? ਮੈਂ ਤੇ ਇਹਨਾਂ ਗੱਲਾਂ ਨੂੰ ਮੰਨਦਾ ਹੀ ਨਹੀਂ ਵੀ ਗੁਰਬਾਣੀ ਇੱਦਾਂ ਵਾਸਤੇ ਵਰਤਣੀ ਚਾਹੀਦੀ ਹੈ, ਇੱਦਾਂ ਸੰਪਟ ਪਾਠ ਕਰਨੇ ਚਾਹੀਦੇ ਨੇ, ਮੈਂ ਤਾਂ ਮੰਨਦਾ ਹੀ ਨਹੀਂ। ਮੇਰਾ ਮੰਨਣਾ ਹੈ ਕਿ ਗੁਰਬਾਣੀ ਨੂੰ ਪੜ੍ਹੋ, ਸਮਝੋ, ਲਿਖਿਆ ਕੀ ਹੈ, ਅਕਲ ਲਓ, ਇਹ ਕਹਿ ਰਿਹਾ। ਵੇਖੋ ਜੀ ਗੁਰਬਾਣੀ ਤੇ ਅਟੈਕ ਕਰਤਾ, ਗੁਰਬਾਣੀ ਤੇ ਅਟੈਕ ਨਹੀਂ ਕੀਤਾ, ਤੁਹਾਡੇ ਪਖੰਡ ਤੇ ਅਟੈਕ ਕੀਤਾ। ਪਖੰਡੀਓ, ਤੁਹਾਡੇ ਪਖੰਡ ਤੇ ਅਟੈਕ ਕਰਦਾ ਜਿਹੜਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਲੁੱਟਦੇ ਹੋ, ਉਹਦੇ ਤੇ ਅਟੈਕ ਹੈ। ਮੇਰਾ ਪਾਠ ਤੇ ਅਟੈਕ ਕਿਵੇਂ ਹੋ ਗਿਆ? ਗੁਰਬਾਣੀ ਤੇ ਅਟੈਕ ਕਿਵੇਂ ਹੋ ਗਿਆ? ਗੁਰਬਾਣੀ ਤੇ ਕੋਈ ਅਟੈਕ ਨਹੀਂ। ਅੱਛਾ, ਹੁਣ ਇਹਨਾਂ ਗੱਲਾਂ ਦੇ ਜਵਾਬ ਤਾਂ ਕੀ ਦੇਣੇ ਨੇ ਵੀ 25 ਸਿੰਘਾਂ ਪਾਠ ਕਿਵੇਂ ਉਹਦਾ ਫਲ ਜ਼ਿਆਦਾ, ਸੰਪਟ ਪਾਠ ਦਾ ਕਿਵੇਂ ਉਹਨੂੰ ਸਹੀ ਢੰਗ ਨਾਲ ਲੌਜੀਕਲੀ ਦਲੀਲ ਨਾਲ ਕਲੀਅਰ ਕਰਦੇ ਵੀ ਕੀ ਉਹਦਾ? ਉਹ ਇਹ ਤਾਂ ਜਵਾਬ ਨਹੀਂ ਦਿੱਤੇ, ਉਲਟਾ ਮੈਨੂੰ ਗਾਲ, ਇਹਦਾ ਅੰਤ ਸਮਾਂ ਆ ਗਿਆ, ਹੁਣ ਇਹ ਬਾਣੀ 'ਤੇ ਅਟੈਕ ਕਰਦਾ, ਹੁਣ ਇਹ ਅੰਮ੍ਰਿਤ 'ਤੇ ਅਟੈਕ ਕਰਦਾ। ਇਹ ਭਾਈ ਅੰਮ੍ਰਿਤ 'ਤੇ ਅਟੈਕ,